ਤੇ ਜਿੰਨੇ ਵੀ ਲੋਕ ਇੱਥੇ ਇਕੱਠੇ ਹੋਏ ਨੇ ਉਹਨਾਂ ਨੂੰ ਹਰਿਆਣੇ 'ਚ ਵੜਨ ਨਹੀਂ ਦਿੱਤਾ ਜਾ ਰਿਹਾ। ਦੇਖੋ ਇਹ ਜਿਹੜੀ ਧੱਕੇਸ਼ਾਹੀ ਕਹਿ ਲਓ ਜਾਂ ਗੁੰਡਾਗਰਦੀ ਕਹਿ ਲਓ ਜਾਂ ਹਨਾ ਜਾਂ ਇਹ ਜਬਰ ਜਿਸ ਤਰੀਕੇ ਨਾਲ ਨਵਦੀਪ ਤੇ ਕੀਤਾ ਗਿਆ, ਜਿਸ ਤਰ੍ਹਾਂ ਨਵਦੀਪ ਨੇ ਆ ਕੇ ਖੁਲਾਸੇ ਕੀਤੇ ਰਾਤ ਜਦੋਂ ਬਾਹਰ ਆਇਆ ਕਿ ਕਿਵੇਂ ਮੇਰੇ ਚੱਡੇ ਪਾੜੇ ਗਏ ਆ, ਕਿਵੇਂ ਬਰਫਾਂ 'ਚ ਲਟਾਇਆ ਗਿਆ, ਕਿਵੇਂ ਪਾਣੀ 'ਚ ਡਬੋਇਆ ਗਿਆ, ਕਿਵੇਂ ਕਰੰਟ ਲਾਇਆ ਗਿਆ, ਜਾਣੇ ਉਹ ਕੋਈ ਵੀ ਜਿਹੜਾ ਤਸ਼ੱਦਦ ਜਬਰ ਜ਼ੁਲਮ ਸਾਰੇ ਉਹਨਾਂ ਨੇ ਹੱਥ ਕੰਡੇ ਨਵਦੀਪ ਦੇ ਉੱਤੇ ਅਪਣਾਏ ਨੇ। ਸੋ ਲਗਾਤਾਰ 3 ਮਹੀਨੇ ਜੇਲ੍ਹ 'ਚ ਵੀ ਬੰਦ ਰੱਖਿਆ। ਸੋ ਹੁਣ ਉਸ ਤੋਂ ਬਾਅਦ ਵੀ ਦੇਖ ਰਹੇ ਹਾਂ ਵੀ ਅੱਜ ਜੇ ਸ਼ਾਂਤਮਈ ਤਰੀਕੇ ਨਾਲ ਲੋਕ ਜਾਣਾ ਚਾਹੁੰਦੇ ਸੀ ਤਾਂ ਅੱਜ ਹਰਿਆਣਾ ਸਰਕਾਰ ਨੇ ਅੰਬਾਲੇ ਦੇ ਵਿੱਚ ਦਾਣਾ ਮੰਡੀ 'ਚ ਵੀ ਲੋਕਾਂ ਨੂੰ ਜਿਹੜਾ ਇਕੱਠੇ ਨਹੀਂ ਹੋਣ ਦਿੱਤਾ ਗਿਆ। ਅੱਛਾ ਕੀ ਲੱਗਦਾ ਕਿਤੇ ਐਸਾ ਤਾਂ ਨਹੀਂ ਕਿ ਉਹਨਾਂ ਨੂੰ ਸ਼ੰਕਾ ਹੋਵੇ ਕਿ ਜਿਹੜਾ ਹੋਵੇ ਕਿ ਦਾਣਾ ਮੰਡੀ ਦੇ ਵਿੱਚ ਆ ਕੇ ਪੱਕਾ ਡੇਰਾ ਲੱਗ ਜਾਏ ਜਾਂ ਇੱਥੇ ਪ੍ਰਦਰਸ਼ਨ ਸ਼ੁਰੂ ਹੋ ਜਾਏ? ਕੀ ਲੱਗਦਾ ਵੀ ਉੱਥੇ ਜਾਣ ਤੋਂ ਕਿਉਂ ਰੋਕਿਆ ਗਿਆ? ਦੇਖੋ ਜਿਹੜੀ ਸਾਨੂੰ ਸਮਝਣ ਦੀ ਇੱਕ ਲੋੜ ਆ, ਜਿਹੜੇ ਨਵੇਂ ਕਾਨੂੰਨ ਮੋਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਜਿਹੜੇ ਅੰਗਰੇਜ਼ਾਂ ਵੇਲੇ ਦੇ ਕਾਨੂੰਨ ਸੀਗੇ, ਬਸਤੀਵਾਦੀ ਕਾਨੂੰਨ ਸੀ, ਜਿਹੜੇ ਕਾਲੇ ਕਾਨੂੰਨ ਸੀ, ਉਹ ਸਾਰੇ ਕਾਨੂੰਨ ਅਸੀਂ ਖਤਮ ਕਰਤੇ ਤੇ ਅਸੀਂ ਇੱਕ ਨਵੇਂ ਕਾਨੂੰਨ ਲੈ ਕੇ ਆਏ ਹਾਂ। ਸਿਰਫ ਅੰਡਰ ਸੈਕਸ਼ਨ ਬਦਲਣ ਨਾਲ, ਧਾਰਾਵਾਂ ਬਦਲਣ ਨਾਲ, ਧਾਰਾਵਾਂ ਦੇ ਜਿਹੜੇ ਅੰਕੜੇ ਬਦਲਣ ਦੇ ਨਾਲ, ਜੇ ਕੋਈ 302 ਨੂੰ 109 ਚ ਬਦਲਤਾ, ਪਰ ਉਹਦੀ ਆੜ ਦੇ ਵਿੱਚ ਇਹਨਾਂ ਨੇ ਜਿਹੜੇ ਕਾਲੇ ਕਾਨੂੰਨ ਹੋਰ ਲਿਆਂਦੇ ਆ, ਪੁਲਿਸ ਨੂੰ ਕਿੰਨਾ ਪਾਵਰਫੁਲ ਬਣਾਤਾ ਇਹਨਾਂ ਨੇ, ਜਿਹੜੇ ਕੋਈ ਧਰਨਾ ਪ੍ਰਦਰਸ਼ਨ ਕਰਨ ਵਾਲੇ ਬੰਦੇ ਨੇ, ਕੋਈ ਕਿਸਾਨ ਨੇ, ਮਜ਼ਦੂਰ ਨੇ ਜਾਂ ਕੋਈ ਵੀ ਵਰਗ ਹੈ, ਉਹਨਾਂ ਨੂੰ ਕਿਵੇਂ ਦੱਬਣਾ, ਇਹ ਸਾਰੇ ਉਹ ਕਾਲੇ ਕਾਨੂੰਨ ਉਹੀ ਇਹ ਗੱਲ ਕਹਿ ਰਹੇ ਨੇ ਵੀ ਤੁਸੀਂ ਦੇਖੋ ਹੁਣ ਪੁਲਿਸ ਕੋਲ ਇੰਨੀ ਪਾਵਰ ਆ ਗਈ ਵੀ 25 ਤੋਂ 40 ਦਿਨਾਂ ਦੀ ਖਾਤਰ ਬਿਨਾਂ ਕਿਸੇ ਮੁਕੱਦਮੇ 'ਚ ਗ੍ਰਿਫਤਾਰੀ ਪਾਈ ਤੋਂ ਬਿਨਾਂ, ਬਿਨਾਂ ਕਿਸੇ ਅਦਾਲਤ ਨੂੰ ਇਤਲਾਹ ਦਿੱਤਾ, ਸੂਚਨਾ ਦਿੱਤੇ ਬਿਨਾਂ, ਕੋਈ ਨੋਟਿਸ ਭੇਜੇ ਬਿਨਾਂ, ਤੁਸੀਂ ਪੁਲਿਸ ਵਾਲੇ 25 ਤੋਂ 40 ਦਿਨ ਕਿਸੇ ਵੀ ਬੰਦੇ ਨੂੰ ਆਪਣੇ ਕੋਲ ਰੱਖ ਸਕਦੇ, ਜਿਹੜਾ ਮਰਜ਼ੀ ਫਿਰ ਉੱਥੇ ਛੱਦਰ ਢਾਉਣ, ਜਬਰ ਜ਼ੁਲਮ ਕਰਨ। ਇਹ ਕਿੰਨੀਆਂ ਤਾਕਤਾਂ ਜਿਹੜੀਆਂ ਪੁਲਿਸ ਨੂੰ ਇਹ ਕਾਨੂੰਨ ਦਿੱਤੀਆਂ ਗਈਆਂ ਨੇ। ਅਗਲੀ ਗੱਲ ਜਿਹੜੀ ਇਹਨਾਂ ਕਾਨੂੰਨਾਂ ਦੀ ਸਭ ਤੋਂ ਖਤਰਨਾਕ ਗੱਲ ਆ, ਇਹ ਕਹਿੰਦੇ ਕੱਲ ਨੂੰ ਕੋਈ ਧਰਨਾ ਪ੍ਰਦਰਸ਼ਨ ਕਰ ਰਹੇ ਲੋਕ ਉੱਥੇ ਕੋਈ ਭੰਨ ਤੋੜ ਹੋ ਜਾਂਦੀ ਆ, ਕੋਈ ਹੋਰ ਘਟਨਾ ਵਾਪਰ ਜਾਂਦੀ ਹੈ, ਤਾਂ ਉਹ ਘਟਨਾਵਾਂ ਨੂੰ ਅੱਤਵਾਦੀ ਘਟਨਾਵਾਂ ਦੇ ਤੌਰ ਤੇ ਦੇਖਿਆ ਜਾਊਗਾ ਵੀ ਉਹ ਤੇ ਕੱਲ ਨੂੰ UAPA ਵੀ ਲਾ ਸਕਦੇ ਆ, NSA ਵੀ ਲਾ ਸਕਦੇ ਆ। ਜਾਣੇ ਇੱਕ ਤਰੀਕੇ ਨਾਲ ਇਹ ਚਾਹੁੰਦੇ ਆ ਵੀ ਕੋਈ ਵੀ ਇੱਥੇ ਲੋਕ ਜਿਹੜੇ ਉੱਠ ਕੇ ਆਪਣੀ ਆਵਾਜ਼ ਬੁਲੰਦ ਕਰਦੇ ਆ, ਚਾਹੇ ਕਿਸਾਨ ਆ, ਮਜ਼ਦੂਰ ਆ, ਆਪਣੀਆਂ ਜ਼ਮੀਨਾਂ ਖਾਤਰ ਕਿਸਾਨ ਪਿੱਛੇ ਲੜੇ, ਮਜ਼ਦੂਰ ਵੀ ਲੜ ਰਹੇ ਆ, ਮੁਲਾਜ਼ਮ ਵੀ ਲੜ ਰਹੇ ਆ, ਵਿਦਿਆਰਥੀ ਵੀ ਲੜ ਰਹੇ ਆ, ਵੀ ਕਿਸੇ ਤਰੀਕੇ ਨਾਲ ਜਿਹੜੀ ਵੀ ਆਵਾਜ਼ ਉੱਠੂਗੀ, ਜਿਹੜੇ ਵੀ ਲੋਕ ਸੜਕਾਂ ਤੇ ਆਉਣਗੇ, ਉਹ ਸਾਰੇ ਲੋਕ ਅਸੀਂ ਕਿਸੇ ਵੀ ਤਰੀਕੇ ਨਾਲ ਇਹਨਾਂ ਕਾਲੇ ਕਾਨੂੰਨਾਂ 'ਚ ਲਿਆ ਕੇ ਦੱਬ ਦੇਣੇ ਨੇ। ਪਰ ਹੁਣ ਅੱਗੇ ਦੀ ਕਾਰਵਾਈ ਕੀ ਰਹੇਗੀ? ਜੀ ਹੁਣ ਤੁਸੀਂ ਇੱਥੇ ਕਿਸਾਨ ਵੇਖ ਰਹੇ ਕਿ ਵੱਡੀ ਗਿਣਤੀ ਦੇ ਵਿੱਚ ਇਸ ਹਾਈਵੇ ਤੇ ਇੱਥੇ ਇਕੱਠੇ ਹੋ ਗਏ ਨੇ, ਹੁਣ ਇਸ ਤੋਂ ਬਾਅਦ ਫਿਰ ਅੱਗੇ ਦੀ ਕੀ ਤਿਆਰੀ ਆ, ਕੀ ਅੱਗੇ ਦਾ ਫੈਸਲਾ ਹੋ ਰਿਹਾ, ਕਿਸਾਨ ਜਥੇਬੰਦੀਆਂ ਕੀ ਫੈਸਲਾ ਕਰ ਰਹੀਆਂ, ਇਸ ਤੋਂ ਬਾਅਦ ਅੱਗੇ ਹੁਣ ਵਾਪਸ ਸ਼ੰਭੂ ਵੱਲ ਜਾਣਾ ਹੈ ਜਾਂ ਅੰਬਾਲੇ ਜਾਣਾ, ਜਾਂ ਕਿਸ ਤਰ੍ਹਾਂ ਦੀ ਅੱਗੇ ਰਣਨੀਤੀ ਕਿਸ ਤਰ੍ਹਾਂ ਦੀ ਤਿਆਰ ਕੀਤੀ ਜਾ ਰਹੀ? ਕਿਸਾਨ ਆਗੂਆਂ ਦੀ ਮੀਟਿੰਗ ਸਵਰਨ ਸਿੰਘ ਭੰਡੇਰ, ਕਾਕਾ ਸਿੰਘ ਕੋਟੜਾ, ਡੱਲੇਵਾਲ ਸਾਹਿਬ ਇਹ ਮੀਟਿੰਗ ਕਰ ਰਹੇ ਨੇ ਸਾਰੇ ਬੈਠ ਕੇ। ਇਹਨਾਂ ਨੇ ਹੀ ਰਣਨੀਤੀ ਅੱਗੇ ਲਿਖਣੀ ਹੈ। ਜੇ ਇਹਨਾਂ ਨੇ ਕਿਹਾ ਵੀ ਆਪਾਂ ਹਰਿਆਣੇ 'ਚ ਜਾਣਾ, ਅੰਬਾਲੇ ਤੋਂ ਹੀ ਆਉਣਾ, ਬਣਦਾ ਤਾਂ ਇਹੀ ਹੈ ਵੀ ਜਿੱਥੇ ਆਪਾਂ ਤੁਰਨ ਦਾ ਲੋਕਾਂ ਨੂੰ ਸੱਦਾ ਦਿੱਤਾ, ਆਪਾਂ ਨੂੰ ਉੱਥੋਂ ਹੀ ਤੁਰਨਾ ਚਾਹੀਦਾ, ਉੱਥੋਂ ਸ਼ੰਭੂ ਜਾਣਾ ਚਾਹੀਦਾ। ਅੱਜ ਹੁਣ ਇਹ ਵੱਧ ਰਹੇ ਨੇ, ਪਹਿਲਾਂ ਤੁਸੀਂ ਦੇਖੋ ਵੀ 1 ਮਹੀਨੇ ਹੋ ਗਏ ਸ਼ੰਭੂ ਤੇ ਖਨੌਰੀ ਦੇ ਉੱਤੇ ਕਿਸਾਨਾਂ ਦੇ ਉੱਤੇ ਜ਼ੁਲਮ ਢਾਇਆ ਗਿਆ, ਪਰ ਲਗਾਤਾਰ ਕਿੰਨੇ ਮਹੀਨਿਆਂ ਤੋਂ ਉੱਥੇ ਬਿਠਾਇਆ ਗਿਆ। ਹੁਣ ਹਾਈ ਕੋਰਟ ਨੇ ਵੀ ਕਿਹਾ ਵੀ ਭਾਈ ਲਾਂਘਾ ਖੋਲੋ, ਉੱਥੇ ਕਈ ਵਾਰੀ ਹਮਲੇ ਵੀ, ਸ਼ੰਭੂ ਹਮਲੇ ਵੀ ਹੋਏ, ਇਹਨਾਂ ਦੇ ਗੁੰਡੇ ਵੀ ਉੱਥੇ ਆਏ। ਹਾਲਾਂਕਿ ਹਰ ਵਾਰੀ ਕਿਸਾਨ ਆਗੂਆਂ ਨੇ ਕਿਹਾ ਵੀ ਜਿਹੜਾ ਇਹ ਰਾਹ ਅਸੀਂ ਨਹੀਂ ਰੋਕਿਆ, ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ, ਇਹ ਰਾਹ ਰੋਕਿਆ
ਹਰਿਆਣਾ ਸਰਕਾਰ ਨੇ ਇਹ ਰਾਹ ਰੋਕਿਆ, ਸਟੇਟ ਸੈਂਟਰ ਦੀ ਗਵਰਨਮੈਂਟ ਨੇ। ਅਸੀਂ ਜਾਣਾ ਚਾਹੁੰਦੇ, ਸਾਨੂੰ ਜਾਣ ਦਿਓ। ਹੁਣ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਅੱਜ ਦਾ ਅਖੀਰਲਾ ਦਿਨ ਸੀ, ਹਾਈ ਕੋਰਟ ਦਾ 7 ਦਿਨ ਦਾ ਸਮਾਂ ਦਿੱਤਾ ਸੀ, ਉਹ ਵੀ ਪੂਰਾ ਹੋ ਗਿਆ। ਹਾਲੇ ਉਹ ਰਾਹ ਉਹ ਲਾਂਘਾ ਨਹੀਂ ਖੋਲਿਆ ਗਿਆ। ਇਹਨੂੰ ਲੈ ਕੇ ਹਰਿਆਣਾ ਜਿਹੜਾ ਉਹ ਸੁਪਰੀਮ ਕੋਰਟ ਜਾ ਚੁੱਕਿਆ ਸਰਕਾਰ ਹਰਿਆਣੇ ਦੀ, ਵੀ ਅਸੀਂ ਮਤਲਬ ਕਿ ਸਾਰਾ ਕੁਝ ਇਹ ਇੱਕ ਤਰੀਕੇ ਨਾਲ ਚੱਲ ਰਹੇ ਨੇ। ਅੱਛਾ, ਜੇ ਮੰਨ ਲਓ ਰਸਤਾ ਖੋਲ ਦਿੱਤਾ ਜਾਂਦਾ, ਫਿਰ ਤੁਹਾਨੂੰ ਕੀ ਲੱਗਦਾ ਕੀ ਹੋਣਾ ਚਾਹੀਦਾ? ਫਿਰ ਕਿਸਾਨ ਜਥੇਬੰਦੀਆਂ ਨੇ ਹਾਲਾਂਕਿ ਫੈਸਲਾ ਕਰਨਾ, ਪਰ ਲੱਖਾਂ ਸਧਾਣਾ ਕੀ ਸੋਚਦੇ ਫਿਰ ਅੱਗੇ ਦੀ ਰਣਨੀਤੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜੇ ਰਸਤਾ ਖੁੱਲ ਜਾਂਦਾ? ਦੇਖੋ, ਉਹਨਾਂ ਦਾ ਫੈਸਲਾ, ਪਰ ਮੈਂ ਤਾਂ ਇੰਨਾ ਕਹਿਣਾ ਚਾਹੂੰਗਾ ਵੀ ਜੇ ਦਿੱਲੀ ਜਾਣ ਦਾ ਸੱਦਾ ਹੈਗਾ ਸ਼ੁਰੂ ਤੋਂ ਹੀ, ਤਾਂ ਫਿਰ ਦਿੱਲੀ ਜਾਣਾ ਚਾਹੀਦਾ। ਤਾਂ ਦਿੱਲੀ ਜਾਣਾ ਚਾਹੀਦਾ ਕਹਿੰਦੇ ਨੇ ਕਿ ਜੇ ਦਿੱਲੀ ਜਾਣ ਦਾ ਪ੍ਰੋਗਰਾਮ ਹੈ। ਹਾਂ, ਜੇ ਸ਼ੰਭੂ ਬੈਰੀਅਰ ਜੇ ਬਾਰਡਰ ਜਿਹੜਾ ਖੁੱਲਦਾ, ਫਿਲਹਾਲ ਕਹਿੰਦੇ ਨੇ ਕਿਸਾਨ ਜਥੇਬੰਦੀਆਂ ਮੀਟਿੰਗ ਕਰ ਰਹੀਆਂ ਨੇ, ਮੀਟਿੰਗ ਤੋਂ ਬਾਅਦ ਅੱਗੇ ਦਾ ਫੈਸਲਾ ਹੋਏਗਾ ਕਿ ਹੁਣ ਅੰਬਾਲਾ ਮੰਡੀ ਜਾਣਾ ਜਾਂ ਫਿਰ ਇੱਥੇ ਕਿੰਨੀ ਦੇਰ ਰੁਕਣਾ, ਕਿਸ ਤਰ੍ਹਾਂ ਪ੍ਰਦਰਸ਼ਨ ਹੋਣਾ। ਤਾਂ ਫਿਲਹਾਲ ਇਹ ਤਸਵੀਰਾਂ ਨੇ ਜੀ।